ਸਿਆਣਿਆਂ ਦੇ ਕਹੇ ਮੁਤਾਬਕ ਕਿ ਦੁੱਖ ਸੁੱਖ ਜ਼ਿੰਦਗੀ ਦਾ ਪਹਿਰਾਵਾ ਨੇ ਹਰ ਇੱਕ ਸ਼ਖਸ ਦੀ ਜ਼ਿੰਦਗੀ ਦੇ ਵਿੱਚ ਸਮਾਂ ਆਉਂਦਾ ਹੈ ਅਸਲ 'ਚ ਸਾਡਾ ਜਿਹੜਾ ਮोटो ਵੀ ਆ ਉਹ ਵੀ ਹੈ ਬੱਚੇ ਦੀ ਸੇਵਾ ਭਗਵਾਨ ਦੀ ਸੇਵਾ ਬੱਚੇ ਦੀ ਸੇਵਾ ਰੱਬ ਦੀ ਸੇਵਾ ਅਸੀਂ ਇਸ ਚੀਜ਼ 'ਚ ਵਿਸ਼ਵਾਸ ਕਰਦੇ ਹਾਂ ਵੀ ਬੱਚੇ ਰੱਬ ਦਾ ਰੂਪ ਨੇ ਇਹਨਾਂ ਦੀ ਕੋਈ ਜਾਤ ਨਹੀਂ ਕੋਈ ਧਰਮ ਨਹੀਂ ਇਹ ਤਾਂ ਇੱਕ ਉਸ ਅਕਾਲ ਪੁਰਖ ਵੱਲੋਂ ਭੇਜੀ ਹੋਈ ਇੱਕ ਰੂਹ ਨੇ ਇਹ ਜਿਹੜੀ ਸੰਸਥਾ ਸੀ ਐਸਜੀਵੀ ਇੰਟਰਨੈਸ਼ਨਲ ਫਾਊਂਡੇਸ਼ਨ ਇਹ 2003 ਦੇ ਵਿੱਚ ਹੋਂਦ ਵਿੱਚ ਆਈ ਸੀ ਤੇ ਉਸ ਤੋਂ ਬਾਅਦ ਲਗਾਤਾਰ ਇਹਨਾਂ ਬੱਚਿਆਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ ਸਾਨੂੰ ਇਹ ਹੁੰਦਾ ਵੀ ਇੱਕ ਬੱਚੇ ਨੂੰ ਬਚਾ ਲਿਆ ਤਾਂ ਬਹੁਤ ਵੱਡਾ ਪੁੰਨ ਹੈ ਜਿਹੜੇ ਹਾਲਾਤ ਚ ਸਾਨੂੰ ਮਿਲਦੇ ਨੇ ਜਦੋਂ ਅਸੀਂ ਉਹਨਾਂ ਦੇ ਵੱਲ ਝਾਤੀ ਮਾਰਦੇ ਆ ਤਾਂ ਬੜੇ ਮਾੜੇ ਹਾਲਾਤ ਹੁੰਦੇ ਨੇ ਪਰ ਇੱਥੇ ਆ ਕੇ ਸਾਨੂੰ ਇੱਕ ਸਕੂਨ ਮਿਲਦਾ ਵੀ ਜਿਹੜੀ ਇਹ ਸਾਰੀ ਟੀਮ ਹੈ ਐਸਜੀਵੀ ਇੰਟਰਨੈਸ਼ਨਲ ਫਾਊਂਡੇਸ਼ਨ ਦੀ ਸਾਰੀ ਟੀਮ ਹੈ ਇਹ ਬਸ ਬਚਾ ਕੇ ਇੱਕ ਸਕੂਨ ਮਿਲਦਾ ਆਪਣੇ ਆਪ ਨੂੰ ਸਿਰ ਬੱਚੇ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਕਿਸ ਤਰ੍ਹਾਂ ਪਹੁੰਚਦੇ ਨੇ ਮਾਪੇ ਛੱਡ ਜਾਂਦੇ ਨੇ ਜਾਂ ਅਣਪਛਾਤੇ ਤੌਰ ਤੇ ਉਹਨਾਂ ਨੂੰ ਇੱਥੇ ਭੇਜਿਆ ਜਾਂਦਾ ਕਿਸ ਤਰ੍ਹਾਂ ਤੁਹਾਨੂੰ ਮਿਲਦੇ ਨੇ ਔਰ ਕਿਸ ਤਰ੍ਹਾਂ ਤੁਸੀਂ ਉਹਨਾਂ ਦੀ ਸੇਵਾ ਕਰਦੇ ਹੋ ਅਸਲ 'ਚ ਮੋਸਟਲੀ ਬੱਚੇ ਸਾਡੇ ਕੋਲ ਅਨਾਥ ਬੱਚੇ ਜਿਹੜੇ ਛੱਡੇ ਵੀ ਹੁੰਦੇ ਨੇ ਉਹ ਆਉਂਦੇ ਨੇ ਜਿਨ੍ਹਾਂ ਨੂੰ ਲੋਕ ਸੁੱਟ ਦਿੰਦੇ ਨੇ ਅਣਚਾਹੀ ਅਣਚਾਹੀ ਔਲਾਦ ਸਮਝ ਕੇ ਜਾਂ ਕਿਸੇ ਵੀ ਕਾਰਨ ਕਰਕੇ ਖਾਸ ਕਰਕੇ ਬੀਤੀਆਂ ਕਰਕੇ ਵੀ ਕਈ ਵਾਰ ਅਸੀਂ ਸੋਚਦੇ ਹਾਂ ਸਾਡੇ ਕੋਲ ਬਹੁਤ ਬੀਤੀਆਂ ਆ ਜਾਂਦੀਆਂ ਨੇ ਤੇ ਉਹ ਬੱਚੇ ਸਾਡੇ ਕੋਲ ਆਉਂਦੇ ਨੇ ਜਿਹੜੇ ਔਰਫਨ ਅਨਾਥ ਹੋ ਜਾਂਦੇ ਨੇ ਉਹਨਾਂ ਨੂੰ ਲੋਕ ਨਹਿਰਾਂ ਦੇ ਕੰਢਿਆਂ ਤੇ ਰੂੜੀਆਂ ਤੇ ਕਈ ਵਾਰ ਅਸੀਂ ਦੇਖਿਆ ਸ਼ਹਿਰਾਂ ਦੇ ਵਿੱਚੋਂ ਜਦੋਂ ਕੂੜਾ ਪਾਉਣ ਜਾਂਦੇ ਆ ਨਾ ਉੱਥੇ ਜਦੋਂ ਕੋਈ ਕੂੜਾ ਪਾਉਣ ਗਿਆ ਜਾਂ ਉਹ ਡਰਮ ਦੇ ਵਿੱਚ ਜਾਂ ਉਹ ਜਿਹੜੀ ਟੈਂਕ ਜੇ ਬਣੇ ਪਿਆ ਉਹਨਾਂ ਦੇ ਵਿੱਚੋਂ ਸਾਨੂੰ ਬੱਚੇ ਮਿਲਦੇ ਨੇ ਉੱਥੇ ਕਿਸੇ ਵੀ ਤਰ੍ਹਾਂ ਕਿਸੇ ਜਰੀਏ ਪ੍ਰਸ਼ਾਸਨ ਨੂੰ ਪਤਾ ਲੱਗ ਜਾਂਦਾ ਪੁਲਿਸ ਨੂੰ ਪਤਾ ਲੱਗਦਾ ਜਾਂ ਸੰਬੰਧਿਤ ਪ੍ਰਸ਼ਾਸਨ ਨੂੰ ਪਤਾ ਲੱਗਦਾ ਫਿਰ ਸਾਡੇ ਕੋਲ ਜਿਹੜੀਆਂ ਚਾਈਲਡ ਵੈਲਫੇਅਰ ਕਮੇਟੀਆਂ ਬਣੀਆਂ ਹੋਈਆਂ ਹੁੰਦੀਆਂ ਨੇ ਸਟੇਟ ਗਵਰਨਮੈਂਟ ਵੱਲੋਂ ਨੋਟੀਫਾਈਡ ਕਮੇਟੀਆਂ ਨੇ ਹਰੇਕ ਡਿਸਟ੍ਰਿਕਟ ਦੇ ਵਿੱਚ ਜਿਦੇ ਕੋਲ ਸੈਸ਼ਨ ਕੋਰਟ ਦੀਆਂ ਪਾਵਰਾਂ ਹੁੰਦੀਆਂ ਨੇ ਉਹ ਫਿਰ ਇਹ ਬੱਚਿਆਂ ਨੂੰ ਸਾਡੇ ਕੋਲ ਭੇਜਦੇ ਏਦਾਂ ਜਿਹੜੇ ਕਿਤੇ ਕਿਤੇ ਬੱਚੇ ਛੱਡ ਦਿੱਤੇ ਜਾਂਦੇ ਨੇ ਜਾਂ ਕਿਸੇ ਕਾਰਨ ਕਰਕੇ ਪਰਿਵਾਰਾਂ ਵੱਲੋਂ ਵੀ ਗਵਰਨਮੈਂਟ ਦਾ ਇੱਕ ਜਿਹੜਾ ਕਾਨੂੰਨ ਹੈ ਜੇ ਜੇ ਜੁਵਨਾਈ ਜਸਟਿਸ ਜਿਹੜਾ ਐਕਟ ਹੈ ਉਹ ਕਹਿੰਦਾ ਵੀ ਜੇ ਮੈਂ ਆਪਣੇ ਬੱਚੇ ਨੂੰ ਨਹੀਂ ਰੱਖਣਾ ਚਾਹੁੰਦਾ ਤਾਂ ਮੇਰੇ ਕੋਲ ਕੋਈ ਹੱਕ ਨਹੀਂ ਮੈਂ ਉਹਨੂੰ ਸੁੱਟਦਾ ਕਿਤੇ ਮਾਰਦਾ ਉਹ ਇੱਕ ਕ੍ਰਾਈਮ ਹੈ ਤੇ ਉਹ ਗਵਰਨਮੈਂਟ ਨੂੰ ਦੱਸ ਕੇ ਸਾਨੂੰ ਦੇ ਵੀ ਸਕਦੇ ਨੇ ਕੋਈ ਤੰਦੁਖੀ ਕੋਈ ਮਨਦੁਖੀ ਕੋਈ ਧਨ ਕੇ ਲਈ ਉਦਾਸ ਥੋੜੇ ਥੋੜੇ ਉਹ ਸੁਖੀ ਜੋ ਹੈ ਰਾਮ ਕੇ ਦਾਸ ਸਸ਼ੀਕਾਲ ਤੁਸੀਂ ਵੇਖਿਓ ਲੁਧਿਆਣਾ ਟਾਈਮਸ ਤੇ ਮੈਂ ਹਾਂ ਅਮਨ ਸਿੰਘ ਅਕਸਰ ਇੱਕ ਗੱਲ ਕਹੀ ਜਾਂਦੀ ਹੈ ਕਿ ਦੁੱਖ ਸੁੱਖ ਜ਼ਿੰਦਗੀ ਦਾ ਪਹਿਰਾਵਾ ਨੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਜੇ ਦੁੱਖ ਆਉਂਦੇ ਨੇ ਦੁੱਖ ਤੋਂ ਬਾਅਦ ਸੁੱਖ ਆਉਣਾ ਲਾਜ਼ਮੀ ਹੈ ਔਰ ਜੇ ਸੁੱਖ ਆਇਆ ਤਾਂ ਸੁੱਖ ਤੋਂ ਬਾਅਦ ਜਿਹੜਾ ਦੁੱਖ ਆਉਣਾ ਵੀ ਲਾਜ਼ਮੀ ਹੈ ਕਿਉਂਕਿ ਬਦਲਣਾ ਪ੍ਰਕਿਰਤੀ ਦਾ ਨਿਯਮ ਹੈ ਔਰ ਅਸੀਂ ਇਸ ਪ੍ਰਕਿਰਤੀ ਦੇ ਵਿੱਚ ਰਹਨੇ ਆ ਤੇ ਸਾਨੂੰ ਵੀ ਉਸ ਦੇ ਲਿਹਾਜ਼ ਦੇ ਨਾਲ ਬਦਲਣਾ ਬਹੁਤ ਜ਼ਰੂਰੀ ਹੈ ਪਰ ਇੱਕ ਵਰਗ ਸਾਡੇ ਸਮਾਜ ਦੇ ਵਿੱਚ ਏਦਾਂ ਦਾ ਹੈ ਜਿਨ੍ਹਾਂ ਦੇ ਲੇਖੇ ਸ਼ਾਇਦ ਪਰਮਾਤਮਾ ਨੇ ਸਿਰਫ ਔਰ ਸਿਰਫ ਦੁੱਖ ਲਿਖੇ ਨਹੀਂ ਸੋ ਉਹਨਾਂ ਦੇ ਦੁੱਖ ਨੂੰ ਵੀ ਸੁੱਖ ਦੇ ਵਿੱਚ ਬਦਲ ਰਹੇ ਨੇ ਜਿਹੜੇ ਲੋਕ ਉਹਨਾਂ ਦੇ ਨਾਲ ਅਜੇ ਰابطਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡੇ ਵੱਲੋਂ ਅਸੀਂ ਮੌਜੂਦ ਆਂ SGB ਬਾਲ ਕਰਦੇ ਵਿੱਚ ਜਿਨ੍ਹਾਂ ਦਾ ਮੁੱਖ ਮੰਤਵ ਹੈ ਬੱਚਿਆਂ ਦੀ ਸੇਵਾ ਰੱਬ ਦੀ ਸੇਵਾ ਕਿਉਂਕਿ ਅਕਸਰ ਕਿਹਾ ਜਾਂਦਾ ਕਿ ਤਿੰਨ ਪੜਾਅ ਨੇ ਜ਼ਿੰਦਗੀ ਦੇ ਬਚਪਨ ਜਵਾਨੀ ਤੇ ਬੁਢਾਪਾ ਬਚਪਨ ਬੜਾ ਨਟਖੜ ਤੇ ਮਾਸੂਮ ਹੁੰਦਾ ਸੋ ਕਹਿੰਦੇ ਨੇ ਕਿ ਪ੍ਰਮਾਤਮਾ ਆਪਣੇ ਕਾਨੂੰਨ ਬੱਚਿਆਂ ਤੇ ਕਦੇ ਲਾਗੂ ਨਹੀਂ ਕਰਦਾ ਕਿਉਂਕਿ ਪ੍ਰਮਾਤਮਾ ਆਪ ਇਹਨਾਂ ਬੱਚਿਆਂ ਦੇ ਵਿੱਚ ਵੱਸਦਾ ਹੈ ਸੋ ਅਸੀਂ ਪਹੁੰਚੇ ਹਾਂ ਐਸਜੀਬੀ ਬਾਲ ਘਰ ਦੇ ਵਿੱਚ ਜਿੱਥੇ ਛੋਟੇ-ਛੋਟੇ ਪਿਆਰੇ-ਪਿਆਰੇ ਬੱਚੇ ਨੇ ਔਰ ਜਿਨ੍ਹਾਂ ਦੇ ਪਾਲਣ-ਪੋਸ਼ਣ ਦਾ ਜ਼ਿੰਮਾ ਇਸ ਸੰਸਥਾ ਵੱਲੋਂ ਚੁੱਕਿਆ ਗਿਆ ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਪਿਆਰੇ ਬੱਚੇ ਨੇ ਬੇਸ਼ੱਕ ਰੱਬ ਇਹਨਾਂ ਦੇ ਵਿੱਚ ਵਸਦਾ ਏ ਸੋ ਰੱਬ ਆਪ ਇਹਨਾਂ ਬੱਚਿਆਂ ਦੇ ਵਿੱਚ ਹਾਜ਼ਰ-ਨਾਜ਼ਰ ਹੈ ਕਿਉਂਕਿ ਉਹ ਆਪਣੇ ਕਾਨੂੰਨ ਇਹਨਾਂ ਬੱਚਿਆਂ ਦੇ ਵਿੱਚ ਲਾਗੂ ਨਹੀਂ ਕਰਦਾ ਸੋ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਪਿਆਰੇ ਇਹ ਬੱਚੇ ਨੇ ਜਿਨ੍ਹਾਂ ਨੂੰ ਬਰਾਬਰ ਹੱਕ ਹੈ ਪ੍ਰਮਾਤਮਾ ਵੱਲੋਂ ਇਖਤਿਆਰ ਦਿੱਤੇ ਗਏ ਨੇ ਇਸ ਸਮਾਜ ਦੇ ਵਿੱਚ ਵਿਚਰਨ ਦੇ ਲਈ ਪਰ ਸਿਆਣਿਆਂ ਦੇ ਕਹੇ ਮੁਤਾਬਕ ਕਿ ਦੁੱਖ ਸੁੱਖ ਜ਼ਿੰਦਗੀ ਦਾ ਪਹਿਰਾਵਾ ਨੇ ਹਰ ਇੱਕ ਸ਼ਖਸ ਦੀ ਜ਼ਿੰਦਗੀ ਦੇ ਵਿੱਚ ਇਸਾਮਾ ਆਉਂਦਾ ਹੈ ਸੋ ਤੁਸੀਂ ਵੇਖ ਸਕਦੇ ਹੋ ਇਹਨਾਂ ਬੱਚਿਆਂ ਵੱਲ ਕਿ ਇੱਕ ਗੱਲ ਕਹੀ ਜਾਂਦੀ ਹੈ ਕਿ ਜਿਹਦਾ ਕੋਈ ਨਹੀਂ ਉਹਦਾ ਖੁਦਾ ਇਹ ਮੈਂ ਨਹੀਂ ਕਹਿੰਦਾ ਇਹ ਕਿਤਾਬਾਂ ਨੇ ਗਵਾ ਸੋ ਇਹਨਾਂ ਬੱਚਿਆਂ ਦੇ ਲਈ ਜੇਕਰ ਪ੍ਰਮਾਤਮਾ ਆਪ ਇੱਥੇ ਵੱਸਦਾ ਹੈ ਸੋ ਇਸ ਸੰਸਥਾ ਨੂੰ ਚਲਾਉਣ ਵਾਲੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਪੁੱਛਾਂਗੇ ਕਿ ਕਿਸ ਤਰ੍ਹਾਂ ਇਹ ਬੱਚੇ ਇਹਨਾਂ ਦੇ ਕੋਲ ਆਉਂਦੇ ਨੇ ਔਰ ਕਿੱਦਾਂ ਇਹਨਾਂ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਸਾਡੇ ਨਾਲ ਮੌਜੂਦ ਨੇ ਕੁਲਦੀਪ ਮਾਨ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਅਸਰ ਅੱਜ ਜਾਣਨਾ ਚਾਹਾਂਗੇ ਜਿਹੜਾ ਇਹ ਬੱਚਾ ਐਸਜੀਬੀ ਬਾਲ ਕਰ ਹੈ ਬੱਚਿਆਂ ਦੀ ਸੇਵਾ ਇੱਥੇ ਕੀਤੀ ਜਾਂਦੀ ਹੈ ਇਹਨਾਂ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਉਸ ਬਾਰੇ ਥੋੜੀ ਜੀ ਦਰਸ਼ਕਾਂ ਨੂੰ ਦੱਸੋ ਜਾਣਕਾਰੀ ਦਿਓ ਕਿ ਐਕਚੁਅਲ ਦੇ ਵਿੱਚ ਕੀ ਮੰਤਵ ਹੈ ਇਸ ਸੰਸਥਾ ਦਾ ਜੀ ਅਸਲ 'ਚ ਸਾਡਾ ਜਿਹੜਾ ਮोटो ਵੀ ਆ ਉਹ ਵੀ ਹੈ ਬੱਚੇ ਦੀ ਸੇਵਾ ਭਗਵਾਨ ਦੀ ਸੇਵਾ ਬੱਚੇ ਦੀ ਸੇਵਾ ਰੱਬ ਦੀ ਸੇਵਾ ਅਸਲ 'ਚ ਅਸੀਂ ਇਸ ਚ ਵਿੱਚ ਵਿਸ਼ਵਾਸ ਕਰਦੇ ਹਾਂ ਵੀ ਬੱਚੇ ਰੱਬ ਦਾ ਰੂਪ ਨੇ ਤੇ ਇਹਨਾਂ ਦੀ ਕੋਈ ਜਾਤ ਨਹੀਂ ਕੋਈ ਧਰਮ ਨਹੀਂ ਇਹ ਤਾਂ ਇੱਕ ਉਸ ਅਕਾਲ ਪੁਰਖ ਵੱਲੋਂ ਭੇਜੀ ਹੋਈ ਇੱਕ ਰੂਹ ਨੇ ਤੇ ਇਹ ਜਿਹੜੀ ਸੰਸਥਾ ਸੀ ਐਸਜੀਬੀ ਇੰਟਰਨੈਸ਼ਨਲ ਫਾਊਂਡੇਸ਼ਨ ਇਹ 2003 ਦੇ ਵਿੱਚ ਹੋਂਦ ਵਿੱਚ ਆਈ ਸੀ ਤੇ ਉਸ ਤੋਂ ਬਾਅਦ ਲਗਾਤਾਰ ਇਹਨਾਂ ਬੱਚਿਆਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਹਾਂ ਸਾਨੂੰ ਇਹ ਹੁੰਦਾ ਵੀ ਇੱਕ ਬੱਚੇ ਨੂੰ ਬਚਾ ਲਿਆ ਤਾਂ ਬਹੁਤ ਵੱਡਾ ਪੁੰਨ ਹੈ ਜਿਹੜੇ ਜਿਹੜੇ ਹਾਲਾਤ ਚ ਸਾਨੂੰ ਮਿਲਦੇ ਨੇ ਜਦੋਂ ਅਸੀਂ ਉਹਨਾਂ ਦੇ ਵੱਲ ਝਾਤੀ ਮਾਰਦੇ ਆਂ ਤਾਂ ਬੜੇ ਮਾੜੇ ਹਾਲਾਤ ਹੁੰਦੇ ਨੇ ਉਹ ਪਰ ਇੱਥੇ ਆ ਕੇ ਸਾਨੂੰ ਇੱਕ ਸਕੂਨ ਮਿਲਦਾ ਵੀ ਜਿਹੜੀ ਇਹ ਸਾਰੀ ਟੀਮ ਐ ਐਸਜੀਵੀ ਇੰਟਰਨੈਸ਼ਨਲ ਫਾਊਂਡੇਸ਼ਨ ਦੀ ਸਾਰੀ ਟੀਮ ਐ ਇਹ ਬਸ ਬਚਾ ਕੇ ਇੱਕ ਸਕੂਨ ਮਿਲਦਾ ਪਿਆ ਆਪਣੇ ਸਾਨੂੰ ਸਰ ਬੱਚੇ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਕਿਸ ਤਰ੍ਹਾਂ ਪਹੁੰਚਦੇ ਨੇ ਮਾਪੇ ਛੱਡ ਜਾਂਦੇ ਨੇ ਜਾਂ ਅਣਪਛਾਤੇ ਤੌਰ ਤੇ ਉਹਨਾਂ ਨੂੰ ਇੱਥੇ ਭੇਜਿਆ ਜਾਂਦਾ ਕਿਸ ਤਰ੍ਹਾਂ ਤੁਹਾਨੂੰ ਮਿਲਦੇ ਨੇ ਔਰ ਕਿਸ ਤਰ੍ਹਾਂ ਤੁਸੀਂ ਉਹਨਾਂ ਦੀ ਸੇਵਾ ਕਰਦੇ ਹੋ ਜੀ ਅਸਲ ਚ ਮੋਸਟਲੀ ਬੱਚੇ ਸਾਡੇ ਕੋਲ ਅਨਾਥ ਬੱਚੇ ਜਿਹੜੇ ਛੱਡੇ ਵੀ ਹੁੰਦੇ ਨੇ ਉਹ ਆਉਂਦੇ ਨੇ ਜਿਨ੍ਹਾਂ ਨੂੰ ਲੋਕ ਸੁੱਟ ਦਿੰਦੇ ਨੇ ਅਣਚਾਹੀ ਅਣਚਾਹੀ ਔਲਾਦ ਸਮਝ ਕੇ ਜਾਂ ਕਿਸੇ ਵੀ ਕਾਰਨ ਕਰਕੇ ਖਾਸ ਕਰਕੇ ਬੀਤੀਆਂ ਕਰਕੇ ਵੀ ਕਈ ਵਾਰ ਅਸੀਂ ਸੋਚਦੇ ਹਾਂ ਸਾਡੇ ਕੋਲ ਬਹੁਤ ਬੀਤੀਆਂ ਆ ਜਾਂਦੀਆਂ ਨੇ ਤੇ ਉਹ ਬੱਚੇ ਸਾਡੇ ਕੋਲ ਆਉਂਦੇ ਨੇ ਜਿਹੜੇ ਔਰਫਨ ਅਨਾਥ ਹੋ ਜਾਂਦੇ ਨੇ ਉਹਨਾਂ ਨੂੰ ਲੋਕ ਨਹਿਰਾਂ ਦੇ ਕੰਢਿਆਂ ਤੇ ਰੂੜੀਆਂ ਤੇ ਕਈ ਵਾਰ ਅਸੀਂ ਦੇਖਿਆ ਸ਼ਹਿਰਾਂ ਦੇ ਵਿੱਚੋਂ ਜਦੋਂ ਕੂੜਾ ਪਾਉਣ ਜਾਂਦੇ ਆ ਨਾ ਉੱਥੇ ਜਦੋਂ ਕੋਈ ਕੂੜਾ ਪਾਉਣ ਗਿਆ ਜਾਂ ਉਹ ਡਰਮ ਦੇ ਵਿੱਚ ਜਾਂ ਉਹ ਜਿਹੜੇ ਟੈਂਕ ਜੇ ਬਣੇ ਪਿਆ ਉਹਨਾਂ ਦੇ ਵਿੱਚੋਂ ਸਾਨੂੰ ਬੱਚੇ ਮਿਲਦੇ ਨੇ ਉੱਥੇ ਕਿਸੇ ਵੀ ਨਾ ਕਿਸੇ ਜਰੀਏ ਪ੍ਰਸ਼ਾਸਨ ਨੂੰ ਪਤਾ ਲੱਗ ਜਾਂਦਾ ਪੁਲਿਸ ਨੂੰ ਪਤਾ ਲੱਗਦਾ ਜਾਂ ਸੰਬੰਧਿਤ ਪ੍ਰਸ਼ਾਸਨ ਨੂੰ ਪਤਾ ਲੱਗਦਾ ਫਿਰ ਸਾਡੇ ਕੋਲ ਜਿਹੜੀਆਂ ਚਾਈਲਡ ਵੈਲਫੇਅਰ ਕਮੇਟੀਆਂ ਬਣੀਆਂ ਹੋਈਆਂ ਹੁੰਦੀਆਂ ਨੇ ਸਟੇਟ ਗਵਰਨਮੈਂਟ ਵੱਲੋਂ ਨੋਟੀਫਾਈਡ ਕਮੇਟੀਆਂ ਨੇ ਹਰੇਕ ਡਿਸਟ੍ਰਿਕਟ ਦੇ ਵਿੱਚ ਜਿਦੇ ਕੋਲ ਸ਼ੈਸ਼ਨ ਕੋਰਟ ਦੀਆਂ ਪਾਵਰਾਂ ਹੁੰਦੀਆਂ ਨੇ ਉਹ ਫਿਰ ਇਹ ਬੱਚਿਆਂ ਨੂੰ ਸਾਡੇ ਕੋਲ ਭੇਜਦੇ ਸਰ ਇਹ ਕਿਦਾਂ ਮੈਨੇਜ ਕਰਦੇ ਹੋ ਸਟਾਫ ਜਿਹੜਾ ਉਹਨਾਂ ਬੱਚਿਆਂ ਨੂੰ ਜਿੱਥੇ ਇਹਨਾਂ ਨੂੰ ਦੇਖਿਆ ਜਾ ਰਿਹਾ ਕਿ ਫੀਡਿੰਗ ਹੁੰਦੀ ਹੈ ਨਾ ਬੱਚਿਆਂ ਨੂੰ ਖਿਲਾਇਆ ਵੀ ਜਾਂਦਾ ਪੂਰੇ ਪੂਰੇ ਤਰੀਕੇ ਦੇ ਨਾਲ ਇਹਨਾਂ ਦੀ ਦੇਖਰੇਖ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਪੜ੍ਹਾਈ ਵੀ ਇਹਨਾਂ ਨੂੰ ਇੱਥੇ ਹੀ ਕਰਾਈ ਜਾਂਦੀ ਹੈ ਸਕੂਲ ਕਾਲਜ ਤੱਕ ਉਸ ਬਾਰੇ ਵੀ ਥੋੜੀ ਦਰਸ਼ਕਾਂ ਨੂੰ ਜਾਣਕਾਰੀ ਦਿਓ ਥੋੜਾ ਜਿਹਾ ਮੈਂ ਪਹਿਲਾਂ ਦੱਸਦਾ ਜਿਹੜੀ ਇਹ ਸਵਾਮੀ ਗੰਗਾਨੰਦ ਪੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਹੈ ਜਿਹਨੂੰ ਅਸੀਂ ਐਸਜੀਬੀ ਇੰਟਰਨੈਸ਼ਨਲ ਫਾਊਂਡੇਸ਼ਨ ਕਹਿੰਦੇ ਆ ਉਹਦਾ ਆਧਾਰਾ ਐਸਜੀਬੀ ਬਾਲਕਰ ਸਾਡੀ ਆਰਗੇਨਾਈ ਤੇ ਮਾਊਦਾ ਸਕੱਤਰਿਆ ਇਹ ਇੱਕ ਉਹਦੇ ਲਾਉਣੇ ਪੈਂਦੇ ਨੇ ਸਿਸਟਮ ਨੂੰ ਚਲਾਉਣ ਵਾਸਤੇ ਕਰਨਾ ਪੈਂਦਾ ਪਰ ਅਸੀਂ ਸਾਰੇ ਸੇਵਾਦਾਰ ਇਥੇ ਮੇਰਾ ਕੰਮ ਹੁੰਦਾ ਜਿਹੜਾ ਬਾਰੀ ਕੰਮ ਹੈ ਗਵਰਨਮੈਂਟ ਨਾਲ ਅਸਲ ਚ ਆਂ ਲੱਗਦਾ ਵੀ ਇੱਕ ਬਾਲਕਰਾ ਛੋਟਾ ਜਿਹਾ ਪਰ ਇਹਦਾ ਜਦੋਂ ਅਸੀਂ ਪ੍ਰਸ਼ਾਸਨਿਕ ਕੰਮ ਦੇਖਦੇ ਆ ਤਾਂ ਗਵਰਨਮੈਂਟ ਨਾਲ ਹੁੰਦਾ ਬਹੁਤ ਜ਼ਿਆਦਾ ਇੱਕ ਇੱਕ ਚੀਜ਼ ਦੀ ਰਿਪੋਰਟ ਹੁੰਦੀ ਹੈ ਤੇ ਅੰਦਰਲਾ ਕੰਮ ਸਾਰਾ ਭੈਣ ਜੀ ਦੇਖਦੇ ਨੇ ਇਥੇ ਬੱਚਿਆਂ ਨੂੰ ਸੰਭਾਲਣ ਦਾ ਸਿਸਟਮ ਦਾ ਜਿਹੜਾ ਅੰਦਰਲੇ ਪ੍ਰਬੰਧ ਨਹੀਂ ਕਿਵੇਂ ਕਰਨੇ ਨੇ ਕਿਵੇਂ ਉਹ ਕਰਨੇ ਆ ਉਹ ਸਾਰਾ ਫਿਰ ਇੱਕ ਟਰਸਟ ਸਹੀ ਤਰੀਕੇ ਨਾਲ ਕਰਦਾ ਇਹਨਾਂ ਨੂੰ ਤੇ ਜਦੋਂ ਸਾਡੇ ਕੋਲ ਇਹ ਬੱਚੇ ਆ ਜਾਂਦੇ ਆ ਤਾਂ ਸਾਨੂੰ ਉਹ ਜਾਂ ਜਿਵੇਂ ਇਹਨਾਂ ਦਿਨਾਂ ਦੇ ਵਿੱਚ ਠੰਡ ਬਹੁਤ ਹੈ ਬਹੁਤ ਅਤ ਦੀ ਠੰਡ ਪੈ ਰਹੀ ਹੈ ਤੇ ਫ੍ਰੀਜ ਹੋਣੇ ਵਾਲਾ ਕੰਮ ਹੁੰਦਾ ਤਾਂ ਅਸੀਂ ਸਾਰੇ ਹੀਟਰਾਂ ਦਾ ਪ੍ਰਬੰਧ ਕਰਨਾ ਉਹ ਹੀ ਜੇ ਬੱਚੇ ਨੂੰ ਇੱਕ ਉਹ ਸਿਸਟਮ ਪੂਰਾ ਦੇਣਾ ਤੇ ਖਾਸ ਕਰਕੇ ਜਿਹੜੇ ਇਹ ਬੱਚੇ ਸਾਡੇ ਕੋਲ ਹੁਣ ਦੋ ਬੱਚੇ ਕੱਲ ਸ਼ਾਇਦ ਆ ਜਾਣਗੇ ਇੱਥੇ ਜਿਹੜੀ ਮੈਨੂੰ ਅੱਜ ਇਹ ਪ੍ਰਸ਼ਾਸਨਿਕ ਕੋਈ ਮੋਹਾਲੀ ਤੋਂ ਕਾਲ ਆਈ ਸੀ ਉਹਨਾਂ ਕੋਲ ਦੋ ਬੇਟੀਆਂ ਆਈਆਂ ਹੋਈਆਂ ਨੇ ਤੇ ਇੱਕ ਤਾਂ ਆਈਸੀਯੂ 'ਚ ਹੈ ਉਹ ਜੇ ਠੀਕ ਹੋ ਗਈ ਤਾਂ ਆ ਜਾਏਗੀ ਦੂਜੀ ਨੂੰ ਡਾਕਟਰਾਂ ਨੇ ਕਹਿ ਦਿੱਤਾ ਤਵੀ ਸ਼ਾਇਦ ਅਸੀਂ ਕੱਲ ਸ਼ਿਫਟ ਕਰ ਦਾਂਗੇ ਇਦਾਂ ਜਿਹੜੇ ਕਿਤੇ ਕਿਤੇ ਬੱਚੇ ਛੱਡ ਦਿੱਤੇ ਜਾਂਦੇ ਨੇ ਜਾਂ ਕਿਸੇ ਕਾਰਨ ਕਰਕੇ ਪਰਿਵਾਰਾਂ ਵੱਲੋਂ ਵੀ ਗਵਰਨਮੈਂਟ ਦਾ ਇੱਕ ਜਿਹੜਾ ਕਾਨੂੰਨ ਹੈ ਜੇ ਜੇ ਜੁਵਿਨਾਈਲ ਜਸਟਿਸ ਜਿਹੜਾ ਐਕਟ ਹੈ ਉਹ ਕਹਿੰਦਾ ਵੀ ਜੇ ਮੈਂ ਆਪਣੇ ਬੱਚੇ ਨੂੰ ਨਹੀਂ ਰੱਖਣਾ ਚਾਹੁੰਦਾ ਤਾਂ ਮੇਰੇ ਕੋਲ ਕੋਈ ਹੱਕ ਨਹੀਂ ਮੈਂ ਉਹਨੂੰ ਸੁੱਟਦਾ ਕਿਤੇ ਮਾਰਦਾ ਉਹ ਇੱਕ ਕ੍ਰਾਈਮ ਹੈ ਤੇ ਉਹ ਗਵਰਨਮੈਂਟ ਨੂੰ ਦੱਸ ਕੇ ਸਾਨੂੰ ਦੇ ਵੀ ਸਕਦੇ ਨੇ ਗਵਰਨਮੈਂਟ ਦਾ ਇਦਾਂ ਹੋਇਆ ਉਮੇ ਵੀ ਸਾਡੇ ਕੋਲ ਇਹ ਬੱਚੇ ਆ ਜਾਂਦੇ ਨੇ ਤੇ ਫਿਰ ਅਸੀਂ ਇਹਨਾਂ ਨੂੰ ਸਾਂਭ ਸੰਭਾਲਦਾ ਕਰਦੇ ਹਾਂ ਤੇ ਜਿੰਨੇ ਬੱਚਿਆਂ ਦੀ ਜਿਹੜੇ ਸਾਡੇ ਕੋਲ ਬੱਚੇ ਵੱਡੇ ਹੋ ਜਾਂਦੇ ਨੇ ਇਹ ਅਡਪਸ਼ਨ ਸੈਂਟਰ ਵੀ ਹੈ ਪਰ ਇੱਥੇ ਅਸੀਂ ਫਿਰ ਦੱਸ ਦਈਏ ਅਡਾਪਸ਼ਨ ਅਸੀਂ ਨਹੀਂ ਕਰਵਾਉਂਦੇ ਸਾਡਾ ਕੋਈ ਰੋਲ ਨਹੀਂ ਹੁੰਦਾ ਉਹਦੇ ਵਿੱਚ ਉਹ ਭਾਰ ਸਰਕਾਰ ਕਰਵਾਉਂਦੀ ਆ ਉਹਦੀ ਸਾਈਟ ਆ ਉਹਨਾਂ ਦੇ ਕੋਲ ਵੀ ਸਿੱਧਾ ਕਿਸੇ ਨੇ ਫਿਜ਼ੀਕਲੀ ਸੰਪਰਕ ਨਹੀਂ ਕਰਨਾ ਸਾਡਾ ਆਨਲਾਈਨ ਪ੍ਰੋਸੈਸ ਦਿੱਤਾ ਹੋਇਆ ਉਹਨਾਂ ਨੇ ਗਵਰਨਮੈਂਟ ਦੇ ਕੋਲ ਅਪਲਾਈ ਕਰਨਾ ਉਹਨਾਂ ਦੀ ਸਾਈਟ aara.nic.in ਤੇ ਜਾ ਕੇ ਅਪਲਾਈ ਕਰਨਾ ਤੇ ਬੱਚੇ ਅਸੀਂ ਬੱਚਾ ਲੈ ਸਕਦੇ ਹਾਂ ਅਸੀਂ ਇਹਨਾਂ ਦੇ ਇਹਨਾਂ ਨੂੰ ਆਪਣਾ ਬਾਰਸ ਵੀ ਬਣਾ ਸਕਦੇ ਹਾਂ ਉਸ ਤੋਂ ਬਾਅਦ ਜਦੋਂ ਜਿਹੜੇ ਕੁਝ ਬੱਚੇ ਸਾਡੇ ਕੋਲ ਵੱਡੇ ਆ ਜਾਂਦੇ ਨੇ ਜਿਹੜੇ ਅਡਾਪਸ਼ਨ 'ਚ ਨਹੀਂ ਜਾਂਦੇ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਪਬਲਿਕ ਸਕੂਲ ਦੇ ਵਿੱਚ ਪੜਾਉਣ ਦੀ ਕਿਉਂਕਿ ਸਾਡਾ ਪਹਿਲਾਂ ਆਰਗੇਨਾਈਜੇਸ਼ਨ ਦਾ ਆਪਣਾ ਸਕੂਲ ਸੀ ਉਹਦੇ ਵਿੱਚ ਪੜ੍ਹਦੇ ਸੀ ਬੱਚੇ ਹੁਣ ਵੀ ਇਹ ਗਵਰਨਮੈਂਟ ਸਕੂਲ 'ਚ ਪੜ੍ਹਦੇ ਨੇ ਸਾਨੂੰ ਇਹ ਲੱਗਦਾ ਹੁੰਦਾ ਸਾਡਾ ٹرسٹ ਇਹ ਸੋਚਦਾ ਹੈ ਵੀ ਇਦਾਂ ਬੱਚਿਆਂ ਨੂੰ ਅਸੀਂ ਹੋ ਤੋ ਬਾਅਦ ਅਸੀਂ ਪ੍ਰਾਪਰਟੀ ਨਹੀਂ ਦੇ ਸਕਦੇ ਕਿਉਂ ਸਾਡੇ ਕੋਲ ਇਹ ਚੀਜ਼ਾਂ ਨਹੀਂ ਪਰ ਇੱਕ ਤਾਂ ਅਸੀਂ ਦੇ ਸਕਦੇ ਆ ਇਹਨਾਂ ਨੂੰ ਜਿਹੜੀ ਮੇਨ ਪ੍ਰਾਪਰਟੀ ਹੈ ਨਾ ਉਹ ਸਟੱਡੀ ਤਾਂ ਦੇ ਸਕਦੇ ਆ ਨਾ ਅਸੀਂ ਉਹ ਅਸੀਂ ਚਾਹੁੰਦੇ ਆ ਵੀ ਉਹ ਵਧੀਆ ਕਿਸਮ ਦੀ ਇੱਕ ਉੱਚ ਪੱਈ ਦੇ ਲੋਕ ਜਿਵੇਂ ਲੈਂਦੇ ਨੇ ਉਹਨਾਂ ਦੀ ਉਹਨਾਂ ਦੇ ਹਾਨ ਦੇ ਬਣਾ ਕੇ ਇਹਨਾਂ ਨੂੰ ਸਮਾਜ ਦੇ ਵਿੱਚ ਭੇਜ ਦੇ ਸਰ ਜਿਵੇਂ ਤੁਸੀਂ ਗੱਲ ਕੀਤੀ ਕਿ ਤੁਹਾਡਾ ਤੁਹਾਡੇ ਨਾਲ ਸਹਿਯੋਗ ਸਰਕਾਰਾਂ ਵੀ ਕਰਦੀਆਂ ਨੇ ਸੋ ਹੋਰ ਕਿਦਾਂ ਦਾ ਸਹਿਯੋਗ ਸਰਕਾਰਾਂ ਦਿੰਦੀਆਂ ਨੇ ਜਿਵੇਂ ਅਡਾਪਸ਼ਨ ਦੇ ਵਿੱਚ ਜੇਕਰ ਕੋਈ ਫੈਮਲੀ ਇਹਨਾਂ ਨੂੰ ਅਡਾਪਟ ਕਰਨਾ ਚਾਹੁੰਦੀ ਹੈ ਤਾਂ ਸਰਕਾਰਾਂ ਦੀ ਦੇਖਰੇਖ ਦੇ ਵਿੱਚ ਹੁੰਦਾ ਸੋ ਕਦੇ ਇਦਾਂ ਵੀ ਹੋਇਆ ਕਿ ਇੱਕ ਬੱਚਾ ਤੁਹਾਡੇ ਕੋਲ ਆਇਆ ਤੁਸੀਂ ਉਹਨੂੰ ਪਾਲ ਪੋਸ ਕੇ ਵੱਡਾ ਕੀਤਾ ਔਰ ਉਹਨਾਂ ਦਾ ਹੀ ਪਰਿਵਾਰ ਤੁਹਾਡੇ ਕੋਲ ਵਾਪਸ ਆਵੇ ਤੇ ਅਡਾਪਟ ਕਰਨ ਦੇ ਲਈ ਕਦੇ ਇਦਾਂ ਦਾ ਕੋਈ ਵਾਕਿਆ ਹੋਇਆ ਸਰ ਹਾਂ ਇਤਾਂ ਦਾ ਹਲੇ ਬੱਚੇ ਇੰਨੇ ਵੱਡੇ ਨਹੀਂ ਹੋਏ ਕਿਉਂ ਇਹ 2003 ਦੇ ਵਿੱਚ ਆ অর্ਗਨਾਈਜੇਸ਼ਨ ਬਣੀ ਸੀ ਮੈਂ ਦੱਸ ਕੇ ਹਟਿਆ ਪਹਿਲਾਂ ਜਿਹੜੀ ਸਥਾਪਿਤ ਹੋਈ ਸੀ ਤੇ ਉਸ ਤੋਂ ਬਾਅਦ 2005 ਤੋਂ ਬਾਅਦ ਅਸੀਂ ਅਡਾਪਸ਼ਨ ਸ਼ੁਰੂ ਕੀਤੀ ਸੀ ਈਵਨ ਕਿ ਸਾਨੂੰ ਇਹ ਵੀ ਮਾਣ ਆ ਵੀ ਉਸ ਟਾਈਮ ਦੇ ਜਿਹੜੇ ਸੈਕਟਰੀ ਸੀ ਸੋਸ਼ਲ ਸਿਕਿਉਰਿਟੀ ਊਮੈਨ ਐਂਡ ਚਾਈਲਡ ਡਿਵੈਲਪਮੈਂਟ ਗਵਰਨਮੈਂਟ ਆਫ ਪੰਜਾਬ ਦੇ ਉਹ ਖੁਦ ਇਹ ਸਾਨੂੰ ਦੇ ਗਏ ਸੀ ਇੱਥੇ ਉਹ ਕਹਿੰਗੇ ਕਰਕੇ ਗਏ ਉਹਨਾਂ ਨੇ ਲਾਇਸੈਂਸ ਵੀ ਆਪ ਹੀ ਕਰ ਦਿੱਤਾ ਸਾਨੂੰ ਵੀ ਤੁਸੀਂ ਅਡਾਪਸ਼ਨ ਦਾ ਕੰਮ ਕਰਨਾ ਚਾਹੀਦਾ ਤੇ ਉਸ ਤੋਂ ਬਾਅਦ ਜਿਹੜੇ ਬੱਚੇ ਗਏ ਨੇ ਪਰ ਸਾਨੂੰ ਇੱਕ ਮਾਣ ਮਹਿਸੂਸ ਹੁੰਦਾ ਵੀ ਉਹ ਬਹੁਤ ਅੱਛੇ ਪਰਿਵਾਰਾਂ ਚ ਖਾਸ ਕਰਕੇ ਬੇਟੀਆਂ ਦੀ ਅਡਾਪਸ਼ਨ ਹੁੰਦੀ ਹੈ ਬਹੁਤ ਅੱਛੇ ਪਰਿਵਾਰਾਂ ਚ ਹੁੰਦੀ ਹੈ ਜਿਵੇਂ ਮੈਨੂੰ ਇਹ ਵੀ ਦੱਸਦੇ ਹੋਏ ਇੱਕ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਜਿਹੜਾ ਸਾਡੇ ਸਿਸਟਮ ਨੂੰ ਚਲਾਉਂਦੇ ਨੇ ਖਾਸ ਕਰਕੇ ਜੁਡੀਸ਼ੀਅਲ ਰੀਜੀਟੇ ਅਸੀਂ ਹਰੇਕ ਚੀਜ਼ ਦਾ ਨਿਆਂ ਮੰਗਦੇ ਆਂ ਹੇਠਲੇ ਆਉਂਦੇ ਆਂ ਤੇ ਤਾਂ ਗਏ ਨੇ ਜਸਟਿਸ ਤੱਕ ਵੀ ਬੱਚੇ ਗਏ ਹੋਣੇ ਜਸਟਿਸ ਹਾਈ ਕੋਰਟ ਤੱਕ ਵੀ ਆਈਆਈਐਸ ਆਈਪੀਐਸ ਪੀਸੀਐਸ ਪੀਪੀਐਸ ਅਹੀਂ ਜੇ ਜਦੋਂ ਬੱਚੇ ਜੰਮਦੇ ਆ ਤਾਂ ਸਾਨੂੰ ਇੱਕੋ ਹੁੰਦਾ ਵੀ ਸਭ ਤੋਂ ਵੱਡੀ ਚੀਜ਼ ਹੈ ਇਹਨਾਂ ਨੂੰ ਘਰ-ਵਾਰ ਤਾਂ ਮਿਲਿਆ ਹੀ ਰਿਸ਼ਤੇ ਤਾਂ ਇਹਨੇ ਮਿਲੇ ਹੀ ਇਹਨਾਂ ਨੂੰ ਇੱਕ ਪਰਿਵਾਰ ਵੀ ਮਿਲਿਆ ਇਹਨਾਂ ਨੇ ਇੱਕ ਚੰਗੀ ਐਜੂਕੇਸ਼ਨ ਮਿਲੇਗੀ ਸਮਾਜ ਦੇ ਵਿੱਚ ਜਾ ਕੇ ਜਿਹੜੇ ਦਾ ਬਰਥ ਇਦਾਂ ਦੀ ਜਗ੍ਹਾ ਤੇ ਹੋਇਆ ਜਾਂ ਐਵੇਂ ਦੇ ਹਾਲਾਤਾਂ ਦੇ ਵਿੱਚੋਂ ਜੰਮਣ ਤੋਂ ਬਾਅਦ ਇਹ ਨਿਕਲੇ ਨੇ ਜਿਹੜੇ ਕਿ ਬੱਚੇ ਨੂੰ ਆਪਣੀ ਮਦਰ ਤੋਂ ਵੱਖ ਨਹੀਂ ਹੋਣਾ ਚਾਹੀਦਾ ਅਸੀਂ ਇਹ ਸੋਚਦੇ ਹਾਂ ਵੀ ਜੇ ਕੋਈ ਰੋੜੀ ਕੁੱਟਣ ਵਾਲੀ ਵੀ ਹੈ ਜਿਹੜਾ ਉਹਦੀ ਕੁੱਖ ਦੇ ਵਿੱਚ ਅੱਗੇ ਲਾ ਕੇ ਜਾਂ ਟੂਹੀ ਦੇ ਲਾ ਕੇ ਬੱਚਾ ਖੁਸ਼ ਆ ਉਹ ਅਸੀਂ ਖੁਸ਼ੀ ਨਹੀਂ ਦੇ ਸਕਦੇ ਪਰ ਇਹ ਇੱਕ ਕੋਸ਼ਿਸ਼ ਕਰਦੇ ਹਾਂ ਅਸੀਂ ਮਾਂ ਦਾ ਪਿਆਰ ਦੇਣ ਦਾ ਜਾਂ ਵੱਧ ਸਹੂਲਤਾਂ ਦੇ ਕੇ ਹਰੇਕ ਤਰ੍ਹਾਂ ਦਾ ਉਹ ਕਰਨ ਦਾ ਪਰ ਉਹ ਉਹ ਸਕੂਨ ਸ਼ਾਇਦ ਅਸੀਂ ਨਾ ਦੇ ਪਾਉਂਦੇ ਹੋਈ ਜਦੋਂ ਇਹ ਬੱਚੇ ਜਾ ਕੇ ਕਿਸੇ ਐਦਾਂ ਦੇ ਅਉਧਿਆਂ ਤੇ ਕਿਉਂ ਉਹਨਾਂ ਦੇ ਅੱਗੇ ਵੀ ਜਦੋਂ ਚੰਗੀ ਪੜ੍ਹਾਈ ਕਰਕੇ ਇਹ ਵੀ ਅਉਧਿਆਂ ਤੇ ਜਾਣਗੇ ਕਿਸੇ ਤੇ ਤਾਂ ਇਹ ਇੱਕ ਨਿਆਂ ਜ਼ਰੂਰ ਦੇਣਗੇ ਸਮਾਜ ਨੂੰ ਇੱਕ ਚੰਗੀ ਸਿਹਤ ਜ਼ਰੂਰ ਦੇਣਗੇ ਬੱਚੇ ਸਰ ਜਿਵੇਂ ਸਰਕਾਰਾਂ ਵੀ ਸਮੇਂ-ਸਮੇਂ ਤੇ ਬੇਟੀਆਂ ਦੇ ਲਈ ਖਾਸ ਕਰਕੇ ਉਪਰਾਲੇ ਕਰਦੀਆਂ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਤੁਸੀਂ ਦੱਸਿਆ ਕਿ ਸਰਕਾਰਾਂ ਤੁਹਾਨੂੰ ਪੂਰਨ ਸਹਿਯੋਗ ਦਿੰਦੀਆਂ ਨੇ ਆਮ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਕੀ ਮੈਸੇਜ ਦੇਣਾ ਚਾਹੋਗੇ ਤਾਂ ਜੋ ਵੈਸੇ ਦੇਖਿਆ ਜਾਵੇ ਹੁੰਦੀ ਤਾਂ ਇਹ ਗਲਤੀ ਹੈ ਜੇਕਰ ਕਿਸੇ ਬੱਚੇ ਨੂੰ ਇਦਾਂ ਕੂੜੇ ਦੇ ਵਿੱਚ ਸੁੱਟ ਦੇਣਾ ਜਾਂ ਕਿਤੇ ਛੱਡ ਦੇਣਾ ਸੋ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਇਦਾਂ ਦੇ ਕੰਮਾਂ ਤੋਂ ਕਿਵੇਂ ਉਹ ਰੁਕ ਸਕਣ ਅਸਲ 'ਚ ਜਨਨੀ ਹੈ ਇਹ ਇੱਕ ਜਨਮਦਾਤੀ ਹੈ ਜਿਹੜਾ ਸਾਡਾ ਵੀ ਬਰਥ ਹੋਇਆ ਆਪਣੇ ਸਾਰਿਆਂ ਦਾ ਹੋਇਆ ਹੋਇਆ ਤਾਂ ਇੱਕ ਇੱਕ ਉਹ ਕਿਸੇ ਸਮੇਂ ਬੇਟੀ ਸੀ ਫਿਰ ਉਹ ਭੈਣ ਬਣੀ ਕਿਸੇ ਦੀ ਫਿਰ ਉਹ ਇੱਕ ਵਾਈਫ ਬਣੀ ਇੱਕ ਮਾਂ ਬਣੀ ਉਹ ਪਰ ਸਾਨੂੰ ਇਹ ਲੱਗਦਾ ਹੁੰਦਾ ਵੀ ਕਿਸੇ ਨਾ ਕਿਤੇ ਉਦੀ ਹੋਈ ਗਲਤੀ ਹੁੰਦੀ ਹੈ ਜਾਂ ਉਹਦਾ ਕਿਤੇ ਨਾ ਕਿਤੇ ਬੱਚੇ ਨੂੰ ਛੱਡਣ ਦੇ ਵਿੱਚ ਰੋਲ ਜ਼ਰੂਰ ਹੁੰਦਾ ਜੇ ਬੇਟੀਆਂ ਨੂੰ ਇੰਨੀ ਅਵੇਅਰਨੈਸ ਆ ਜਾਵੇ ਵੀ ਅਸੀਂ ਬੇਟੀ ਆ ਭਾਵੇਂ ਬੇਟਾ ਅਸੀਂ ਨਹੀਂ ਛੱਡਣਾ ਅਸੀਂ ਅਬੋਰਸ਼ਨ ਨਹੀਂ ਕਰਾਉਣਾ ਜਾਂ ਅਸੀਂ ਬੱਚੇ ਨੂੰ ਕਿਸੇ ਵੀ ਕਾਰਨ ਕਰਕੇ ਅਸੀਂ ਨਹੀਂ ਸਮਾਜ ਦੇ ਵਿੱਚ ਐਦਾਂ ਦੀ ਜਗ੍ਹਾ ਤੇ ਸੁੱਟਣਾ ਤਾਂ ਇਹ ਕ੍ਰੀਤੀ ਰੁਕ ਸਕਦੀ ਹੈ ਇਹ ਅਸੀਂ ਮੈਂ ਤਾਂ ਮੈਂ ਇਹ ਹੀ ਚਾਹੂੰਗਾ ਵੀ ਐਦਾਂ ਦੇ ਜਿਹੜੇ ਬੱਚੇ ਛੱਡਨੇ ਆ ਇਹ ਨਹੀਂ ਹੋਣੇ ਚਾਹੀਦੇ ਗਵਰਨਮੈਂਟਾਂ ਕਰਦੀਆਂ ਨੇ ਜਿਵੇਂ ਅਡਾਪਸ਼ਨ ਦੇ ਵਿੱਚ ਸੈਂਟਰ ਗਵਰਨਮੈਂਟ ਨੇ ਐਡਾ ਮਾਰਕੀ ਦਾ ਕੰਮ ਕੀਤਾ ਬਹੁਤ ਅੱਛਾ ਸਿਸਟਮ ਹੈ ਕੋਈ ਉਦੇਚਸ਼ਪਾਰਸ਼ ਨਹੀਂ ਹੈਗੀ ਜੇ ਮੈਨੂੰ ਮੈਂ ਬੱਚਾ ਲੈਣਾ ਹੈ ਖੁਦ ਸਾਡੇ ਕੋਲ ਕਿੰਨੇ ਬੱਚੇ ਨੇ ਮੈਂ ਵੀ ਇਹ ਨਹੀਂ ਹੈਗਾ ਵੀ ਮੈਂ ਇੱਥੋਂ ਲੈ ਸਕਦਾ ਮੈਨੂੰ ਇੱਕ ਸਿਸਟਮ 'ਚ ਜਾਣਾ ਪੈਗਾ ਇੱਕ ਸਿਸਟਮ ਜਦੋਂ ਮੇਰੀ ਟਾਰਨ ਆਏਗੀ ਜਦੋਂ ਮੇਰੀ ਬਾਰੀ ਆਏਗੀ ਜਿੱਥੇ ਮੈਨੂੰ ਸਿਸਟਮ ਸ਼ੋ ਕਰੇਗਾ ਕਿਉਂ ਉਹ ਵੀ ਅਡਾਪਸ਼ਨ ਵੀ ਮੈਨੂੰ ਐਦਾਂ ਲੱਗਦਾ ਹੈ ਇੱਕ ਐਦਾਂ ਦਾ ਪ੍ਰੋਸੈਸ ਹੈ ਇਹਦੇ 'ਚ ਪਰਮਾਤਮਾ ਵੱਲੋਂ ਹੀ ਦਿੱਤੀ ਹੋਈ ਦਾਤ ਹੈ ਕਿਉਂ ਸੌਫਟਵੇਅਰ ਇਹ ਵੀ ਨਹੀਂ ਦੱਸਦਾ ਉਹਨੇ ਤਾਂ ਜਿੱਥੇ ਬੱਚਾ ਖਾਲੀ ਦੇਖੇ ਸੰਸਥਾ ਕੋਲ ਬੱਚਾ ਦੇਖਿਆ ਤੇ ਮੇਰਾ ਨੰਬਰ ਆ ਗਿਆ ਉਹਨੇ ਉਹੀ ਸੰਸਥਾ ਨੂੰ ਮੈਨੂੰ ਬੱਚਾ ਛੋ ਕਰ ਦੇਣਾ ਉਹ ਭਾਵੇਂ ਕਿਸੇ ਹੋਰ ਪੰਜਾਬ ਦਾ ਜਾਂ ਜਿਹੜੀ ਮੈਂ ਹੋਸਟ ਸਟੇਟ ਲਈ ਵੀ ਉਹਦੇ ਵਿੱਚੋਂ ਹੈ ਜੇ ਮੇਰੇ ਕੋਲ ਆ ਮੈਂ ਖੁਦ ਨਹੀਂ ਲੈ ਸਕਦਾ ਤੇ ਅਡਾਪਸ਼ਨ ਦਾ ਇੱਕ ਬਹੁਤ ਅੱਛਾ ਪ੍ਰੋਸੈਸ ਹੈ ਪਹਿਲਾਂ ਤਾਂ ਇਹ ਵੀ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਜੇ ਅਸੀਂ ਸਾਰੇ ਸਾਡੇ ਚ ਅਵੇਅਰਨਸ ਸਾਜਵੇਂ ਖਾਸ ਕਰਕੇ ਜਿਹੜੀ ਜੰਗ ਜਨਰੇਸ਼ਨ ਹੈ ਇਸ ਚੀਜ਼ ਲਈ ਅਵੇਅਰ ਹੋ ਜਵੇ ਵੀ ਅਸੀਂ ਐਦਾਂ ਬੱਚੇ ਨਹੀਂ ਸੁੱਟਣੇ ਤੇ ਨਹੀਂ ਛੱਡਣੇ ਨਹੀਂ ਛੱਡਣ ਦੇਣੇ ਭਾਵੇਂ ਉਹਦੀ ਸੱਸ ਕਹਿ ਰਹੀ ਆ ਸੋਹਰਾ ਕਹਿ ਰਿਹਾ ਜਾਂ ਪਤੀ ਦੇਵ ਕਹਿ ਰਿਹਾ ਅਸੀਂ ਨਹੀਂ ਛੱਡਣੇ ਤਾਂ ਇਹ ਛੱਡੇ ਨਹੀਂ ਜਾ ਸਕਦੇ ਇਹਨਾਂ ਨੂੰ ਹੀ ਹੁਣ ਦੇਖ ਕੇ ਸੰਸਥਾ ਇੱਕ ਹੋਰ ਕੰਮ ਕਰਨ ਜਾ ਰਹੀ ਹੈ ਜਿਹੜਾ ਕਿ ਸਾਨੂੰ ਕਾਫੀ ਟਾਈਮ ਤੋਂ ਬੜੀ ਵੱਡੀ ਲੋੜ ਸੀਗੀ 15 ਜਨਵਰੀ ਨੂੰ ਅਸੀਂ ਇੱਕ ਜਿਹੜੀਆਂ ਅਸੀਂ ਹੁਣ ਬੱਚੇ 18 ਸਾਲ ਤੱਕ ਦੇ ਰੱਖਦੇ ਹਾਂ ਪਰ ਕੁਝ ਬੱਚੇ ਮੈਂਟਲੀ ਡਿਸਟਰਬ ਆ ਜਾਂਦੇ ਨੇ ਜਾਂ ਕਿਸੇ ਕਾਰਨ ਕਰਕੇ ਬੱਚੇ ਔਰਤਾਂ ਮੈਂਟਲੀ ਡਿਸਟਰਬ ਹੋ ਜਾਂਦੀਆਂ ਨੇ ਘਰਾਂ ਦੇ ਵਿੱਚੋਂ ਨਿਕਲ ਜਾਂਦੀਆਂ ਨੇ ਉਹਨਾਂ ਨੂੰ ਰੱਖਣ ਵਾਸਤੇ ਇੱਕ ਸਹੀ ਜਗ੍ਹਾ ਦੀ ਲੋੜ ਸੀ ਉਦੇ ਵਾਸਤੇ 15 ਤਰੀਕ ਨੂੰ ਇੱਕ ਰੱਬੀ ਰੂਹਾਂ ਦਾ ਘਰ ਅਸੀਂ ਦਿੱਤਾ ਉਹ ਰੱਬ ਦੀਆਂ ਹੀ ਰੂਹਾਂ ਨੇ ਸਾਡੇ ਕੋਲ ਆਪਣੇ ਕੋਲ 13 ਬੱਚੀਆਂ ਨਹੀਂ ਏਦਾਂ ਦੀਆਂ ਲੇਡੀਜ਼ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਜਦੋਂ ਉਹਨਾਂ ਦੇ ਨਾਲ ਗੱਲ ਕਰਦੇ ਆ ਉਹ ਉਹਨਾਂ ਨੇ ਆ ਕੇ ਜਫੀ ਪਾ ਲੈਣੀ ਉਹਨਾਂ ਨੇ ਖੁਸ਼ ਹੋ ਜਾਣਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਕੌਣ ਹੈ ਉਹ ਰੱਬ ਦੀ ਰੂਹ ਹੈ ਇੱਕ ਉਹਦੇ ਵਿੱਚ ਪਰਮਾਤਮਾ ਹੀ ਵਾਸ ਕਰਦਾ ਇਹਨਾਂ ਕਰਕੇ ਹੀ ਅਸੀਂ ਇੱਕ ਉਹ ਫੈਸਿਲਿਟੀ ਸ਼ੁਰੂ ਕਰਨ ਲੱਗੇ ਆ 15 ਤਰੀਕ ਨੂੰ ਸਹੀ 9 12 ਵਜੇ ਦਿਨ ਦੇ 12 ਵਜੇ ਉਹਦੀ ਓਪਨਿੰਗ ਕੀਤੀ ਜਾਊਗੀ ਉਹ ਉਹਨਾਂ ਰੱਬੀ ਰੂਹਾਂ ਨੂੰ ਉਹ ਜਿਹੜੀ ਬਿਲਡਿੰਗ ਆ ਉਹ ਸਮਰਪਿਤ ਕੀਤੀ ਜਾਊਗੀ ਇੱਕ ਸੇਵਾ ਉਹ ਨਵੀਂ ਅਰੰਭੀ ਜਾਊਗੀ ਦੇਖੋ ਸ਼ੁਕਰੀਆ ਸਰ ਸੋਇਸਨ ਸਾਡੇ ਨਾਲ ਕੁਲਦੀਪ ਸਿੰਘ ਮਾਨ ਜੋ ਕਿ ਸੰਚਾਲਕ ਨੇ ਇਸ ਸੰਸਥਾ ਦੇ ਇਹਨਾਂ ਬੱਚਿਆਂ ਦੀ ਦੇਖਰੇਖ ਇਹਨਾਂ ਦੀ ਅਗਵਾਈ ਦੇ ਹੱਥੀ ਹੁੰਦੀ ਹੈ ਸੋ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਇਹਨਾਂ ਬੱਚਿਆਂ ਦੀ ਗੱਲ ਜਿਹੜੀ ਆ ਉਹ ਦਰਸ਼ਕਾਂ ਦੇ ਰੂਪੂ ਕੀਤੀ ਸੋ ਅੰਤ ਦੇ ਵਿੱਚ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਬੇਹਿਮਤੀ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਸੋ ਇਹਨਾਂ ਬੱਚਿਆਂ ਨੂੰ ਸਮਾਜ ਦੇ ਵਿੱਚ ਪੂਰਨ ਤੌਰ ਤੇ ਵਿਚਰਨ ਦਾ ਹੱਕ ਹੈ ਕੈਮਰਾਮੈਨ ਸੰਤਮ ਮਠਾੜੂ ਦੇ ਨਾਲ ਅਮਨ ਸਿੰਘ ਲੁਧਿਆਣਾ ਟਾਈਮਸ